ਆਪਰੇਸ਼ਨ ਕਾਸੋ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਚੈਕਿੰਗ। ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਿਖੇ ਕਾਸੋ ਆਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਖੁਦ SSP ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਬੱਸਾਂ ਵਿੱਚ ਦਾਖਲ ਹੋ ਕੇ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ। ਸਾਰੇ ਬੱਸ ਸਟੈਂਡ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਚੋਣ ਕਮਿਸ਼ਨਰ ਅਤੇ DGP ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੋਈ ਵੀ ਛੱਕੀ ਚੀਜ਼ ਮਿਲਣ ਉੱਤੇ ਲੋਕ ਪੁਲਿਸ ਨੂੰ ਇਤਲਾਹ ਕਰਨ। ਇਸ ਮੌਕੇ ਭਾਗੀਰਥ ਮੀਨਾ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ ਪੂਰੀ ਖਬਰ। ਦੇਖੋ ਜੀ, ਮਾਨਯੋਗ ਚੋਣ ਕਮਿਸ਼ਨ ਔਰ ਮਾਨਯੋਗ DGP ਸਾਹਿਬ ਦੀ ਹਦਾਇਤਾਂ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ 'ਤੇ ਕਾਸੋ ਆਪਰੇਸ਼ਨ ਕੰਡਕਟ ਕਰਵਾਇਆ ਜਾ ਰਿਹਾ ਹੈਗਾ। ਉਸੀ ਲੜੀ ਦੇ ਵਿੱਚ ਸਾਡੇ SP ਸਾਹਿਬ ਅਤੇ ਰੇਲਵੇ ਸਟੇਸ਼ਨ 'ਤੇ ਕਾਸੋ ਕਰਕੇ ਆਏ ਸੀ ਮੇਰੀ ਟੀਮ, ਔਰ ਮੈਂ ਇੱਥੇ ਬੱਸ ਸਟੈਂਡ ਦੇ ਵਿੱਚ ਆਇਆ। ਪੂਰੇ ਡਿਸਟ੍ਰਿਕਟ ਦੇ ਵਿੱਚ ਸਾਰੇ GO SHO ਇਸੀ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਹੈਗੇ। ਜਦੋਂ ਪੂਰਾ ਆਪਰੇਸ਼ਨ ਕੰਪਲੀਟ ਹੋ ਜਾਏ ਉਸਕੇ ਬਾਅਦ ਮੈਂ ਤੁਹਾਨੂੰ ਇਸਕੇ ਜੋ ਰਿਜ਼ਲਟ ਉਹ ਦੱਸੇ ਜਾਏਗੇ। ਬੇਸਿਕਲੀ ਤਾਂ ਇਹੀ ਹੈਗਾ ਕਿ ਲੋਕਾਂ ਦੇ ਵਿੱਚ ਇਹ ਸੈਂਸ ਆਫ ਸਿਕਿਉਰਿਟੀ ਹੋਣਾ ਚਾਹੀਦਾ ਕਿ ਪੁਲਿਸ ਹਰ ਤਰ੍ਹਾਂ ਸੇ ਐਕਟਿਵ ਹੈਗੀ, ਹਰ ਚੀਜ਼ਾਂ ਨੂੰ ਚੈੱਕ ਕਰ ਰਹੀ ਹੈਗੀ, ਤਾਂ ਕਿ ਬਿਲਕੁਲ ਨਿਸ਼ਪਕਸ਼ ਔਰ ਨਿਡਰ ਹੋ ਕੇ ਉਹ ਆਪਣਾ ਚੋਣ ਜਵਾਬ ਦਾ ਪ੍ਰਯੋਗ ਕਰ ਸਕੇ। ਅਸੀਂ ਪਾਰਕਿੰਗ ਪਲੇਸ ਦੇ ਵਿੱਚ ਵੀ ਜੋ ਵੀ ਵਹੀਕਲ ਖੜੇ ਹੈਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ। ਕੋਈ ਐਸਾ ਨਹੀਂ ਚੋਰੀ ਦਾ ਮੋਟਰਸਾਈਕਲ ਖੜਾ ਜਾਂ ਕਿਸੇ ਨੇ ਲਾ ਕੇ ਕੋਈ ਚੀਜ਼ ਉਹਦੇ ਵਿੱਚ ਰੱਖ ਦਿਓ, ਕਿਉਂਕਿ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਕੋਈ ਵੀ ਸਸਪੀਸੀਅਸ ਚੀਜ਼ ਤੁਹਾਨੂੰ ਤੁਹਾਡੇ ਨੇੜੇ ਜਿਹੜੇ ਦਿਖਾਈ ਦਿੰਦੀ ਹੈ ਤੁਸੀਂ ਤੁਰੰਤ ਸਾਨੂੰ ਇਤਲਾਹ ਦਿਓ, ਤਾਂ ਕਿ ਜੀ ਸਾਰੇ ਨਾਕੇ ਅਸੀਂ ਲਗਾਏ ਹੋਏ, ਇੰਟਰਸਟਿੰਗ ਨਾਕੇ ਵੀ ਲੱਗੇ ਹੋਏ ਹੈ, ਔਰ ਜੋ ਸਾਡੇ ਇੰਟਰਡਿਸਟਿੰਗ ਨਾਕੇ ਤੇ ਉੱਥੇ ਆਲਰੇਡੀ ਫੋਰਸ ਜੋ ਵੀ ਪੈਰਾਮੀਟਰ ਇਲੈਕਸ਼ਨ ਕਮਿਸ਼ਨ ਕੇ ਉਹ ਸਾਰੀ ਅਸੀਂ ਹਦਾਇਤਾਂ ਨੂੰ ਇਹਨੇ ਬਿਨ ਪਾਲਣਾ ਕਰ ਰਹੇ ਹਾਂ। ਸਰ ਇੱਕ ਟੋਦਾ ਵੀ ਟਰੱਕ ਪਕੜਾ ਹੈ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ।